ਸੁਣ ਲੈ ਬੜੀ ਲੇਡੀ ਪੁਲਿਸ ਕੇ ਆਈ ਏ ਕਿ ਤੂੰ ਮੇਰੇ ਲਾਲੇ ਦੇ ਚਲਾਨ ਕਰਨੇ ਹੀ ਓ ਨਹੀਂ ਓਏ ਓ ਐ ਤਾਂ ਪਤਾ ਤੇ ਉਹਦਾ ਪੁੱਛੀਦਾ ਜਿਹਦੇ ਨਾਲ ਲੱਗੇ ਵਧਾਣੀ ਹੋਵੇ ਤੇਰੀ ਤੇ ਮੇਰੀ ਇਹ ਪਹਿਲੀ ਤੇ ਆਖਰੀ ਮੁਲਾਕਾਤ ਏ ਅਸਲਾਮ ਅਲੈਕੁਮ ਨਾਜ਼ਰੀ ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ ਨਾਜ਼ਰੀਨ ਚੰਦ ਮਹੀਨੇ ਪਹਿਲੇ ਮੈਂ ਇੱਕ ਫਿਲਮ ਅਪਲੋਡ ਕੀਤੀ ਸੀ ਉਸਦੇ ਬਾਰੇ 'ਚ ਮੈਂ ਰਿਵਿਊ ਕੀਤਾ ਸੀ ਉਸਦੇ ਬਾਰੇ 'ਚ ਨਾਜ਼ਰੀਨ ਨੂੰ ਦੱਸਿਆ ਸੀ ਉਸ ਫਿਲਮ ਦਾ ਨਾਂ ਹੈ ਕਾਤਲ ਕੈਦੀ ਔਰ ਬਹੁਤ ਸਾਰੇ ਮੇਰੇ ਦੋਸਤਾਂ ਮੇਰੇ ਭਰਾਵਾਂ ਮੇਰੇ ਵੀਰਾਂ ਮੇਰੀਆਂ ਭੈਣਾਂ ਮੇਰੇ ਬਜ਼ੁਰਗਾਂ ਨੇ ਫਰਮਾਇਸ਼ ਕੀਤੀ ਸੀ ਔਰ ਮੇਰੇ ਕੋਲ ਪੁੱਛਿਆ ਸੀ ਕਿ ਇਹ ਫਿਲਮ ਸਾਨੂੰ ਕਿੱਥੋਂ ਮਿਲ ਸਕਦੀ ਹੈ ਔਰ ਇਹ ਫਿਲਮ ਯੂਟਿਊਬ 'ਤੇ ਤੁਹਾਨੂੰ ਨਹੀਂ ਮਿਲੇਗੀ ਮੈਂ ਕਾਫੀ ਸਰਚ ਕੀਤਾ ਔਰ ਸਰਚ ਕਰਨ ਤੋਂ ਬਾਅਦ ਮੈਨੂੰ ਇਹ ਫਿਲਮ ਆਖਿਰਕਾਰ ਮਿਲ ਗਈ ਹੈ ਚਲੋ ਉਸ ਦਿਨ ਵਾਲੀ ਗੁਸਤਾਖੀ ਦੀ ਮਾਫੀ ਦੇ ਦੇਣ ਬਸ ਸ਼ੇਖ ਸਾਹਿਬ ਤੁਸੀਂ ਆਪਣੀ ਜ਼ਬਾਨ ਤੋਂ ਮਾਫੀ ਦਾ ਲਫ਼ਜ਼ ਕੱਢ ਕੇ ਜਿਸ ਜਿਸ ਨੇ ਵੀ ਫਿਲਮ ਕਾਤਲ ਕੈਦੀ ਦੇਖਣੀ ਹੈ ਨਾਦਰੀ ਸੁਲਤਾਨ ਰਾਏ ਦੀ ਜ਼ਬਰਦਸਤ ਫਿਲਮ ਹੈ ਬੜੀ ਅੱਛੀ ਫਿਲਮ ਹੈ ਔਰ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਹੀ ਦੇ ਰਿਹਾ ਤੁਸੀਂ ਉੱਥੋਂ ਕਾਪੀ ਕਰਕੇ ਉਸ ਫਿਲਮ ਦੇ ਬਾਰੇ ਕਾਤਲ ਕੈਦੀ ਦੇ ਬਾਰੇ ਤੁਸੀਂ ਪ੍ਰੋਗਰਾਮ ਮੇਰਾ ਸਾਰਾ ਵੇਖ ਸਕਦੇ ਹੋ ਮੇਰਾ ਰਿਵਿਊ ਵੇਖ ਸਕਦੇ ਹੋ ਔਰ ਨਾਜ਼ਰੀਨ ਅਗਰ ਤੁਸੀਂ ਕਾਤਲ ਕੈਦੀ ਪੂਰੀ ਫਿਲਮ ਵੇਖਣੀ ਹੈ ਤਾਂ ਤੁਹਾਨੂੰ ਇਹ ਫਿਲਮ ਡੇਲੀ ਮੋਸ਼ਨ 'ਤੇ ਮਿਲ ਜਾਏਗੀ ਕਿੱਥੇ ਮਿਲੇਗੀ ਤੁਹਾਨੂੰ ਡੇਲੀ ਮੋਸ਼ਨ 'ਤੇ ਮਿਲ ਜਾਏਗੀ ਤੁਸੀਂ ਇਹਨੂੰ ਸਰਚ ਕਰੋ ਡੇਲੀ ਮੋਸ਼ਨ 'ਤੇ ਜਾਓ ਇਹ ਪਾਠ ਦੇ ਦਰਮਿਆਨ 1, 2, 3, 4 ਪਾਠ ਦੇ ਸਿਲਸਿਲੇ 'ਚ ਇਹ ਫਿਲਮ ਕਾਤਲ ਕੈਦੀ ਜਿਹੜੀ ਕਿ ਸੁਲਤਾਨ ਰਾਜ ਦੀ ਫਿਲਮ ਹੈ ਉਹ ਤੁਹਾਨੂੰ ਡੇਲੀ ਮੋਸ਼ਨ 'ਤੇ ਮਿਲ ਜਾਏਗੀ ਤੁਸੀਂ ਜਾਓ ਇੰਜੋਏ ਕਰਿਓ ਔਰ ਮੈਨੂੰ ਦੁਆਵਾਂ ਦਿਓ ਅਸਮਾਨ ਜੀ ਨਾਲ ਫਰਕ ਹੈ ਲੱਗਦਾ ਹੈ ਅਸੀਂ ਗਲਤ ਜਗ੍ਹਾ ਤੇ ਆ ਗਏ ਜੇ ਮੈਨੂੰ ਇਹ ਪਤਾ ਹੁੰਦਾ ਕਿ ਮੇਰਾ ਭਰਾ ਇੰਨੇ ਮਗਰੂਰ ਬਾਪ ਦੀ ਬੇਟੀ ਨਾਲ ਪਿਆਰ ਕਰਦਾ ਹੈ ਔਰ ਇਸ ਖੁਸ਼ੀ 'ਚ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰਨਾ ਔਰ ਕੈਂਟੀਨ ਨੂੰ ਦਬਾ ਦਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋ ਮੇਰੇ ਚੈਨਲ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅਤੇ ਆਪਣੇ ਦੋਸਤਾਂ ਨੂੰ ਵੀ ਦੱਸਿਆ ਕਰੋ ਮੇਰਾ ਚੈਨਲ ਸਬਸਕ੍ਰਾਈਬ ਕਰ ਦੇਣ ਤਾਂ ਕਿ ਮੇਰੀ ਹੌਸਲਾ ਅਫਜ਼ਾਈ ਹੋ ਸਕੇ ਨਾਜ਼ਰੀਨ ਤੁਹਾਡਾ ਬਹੁਤ ਸ਼ੁਕਰੀਆ